ਰਿੰਪੀ ਦੱਸਦੇ ਬੀਤੀ ਦਿਨੀ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਸ਼ਾਮਿਲ ਨਾ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਗਾਇਕ ਦੇ ਪਿਤਾ ਬਲਕੌਰ ਸਿੰਘ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ। ਬਲਕੌਰ ਸਿੰਘ ਨੇ ਕਿਹਾ ਕਿ ਇਸ ਕਤਲ ਨਾਲ ਖੁਦ ਨੂੰ ਜੋੜਨ ਦੀ ਮਸ਼ਹੂਰੀਆਂ ਖੱਟਣ ਵਾਲੇ ਗੈਂਗਸਟਰ ਨੇ ਫਿਰੋਤੀ ਦੀਆਂ ਕੀਮਤਾਂ ਨੂੰ ਹੁਣ ਵਧਾ ਦਿੱਤਾ ਤੇ ਹੁਣ ਜਦੋਂ ਸਜ਼ਾ ਦਾ ਮਾਮਲਾ ਨੇੜੇ ਆਉਣ ਲੱਗਾ ਤਾਂ ਇੰਟਰਵਿਊ ਤੋਂ ਜਿਹੜਾ ਹੁਣ ਸਾਫ਼ ਮੁੱਕਰ ਚੁੱਕੇ ਨੇ। ਦੱਸ ਦੇ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਵਕੀਲਾਂ ਵੱਲੋਂ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦੇ ਦਾਅਵਾ ਕੀਤਾ ਗਿਆ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਪੁਲਿਸ ਦੀ ਚਾਰਜਸ਼ੀਟ ਨੂੰ ਜਿਹੜਾ ਗਲਤ ਦੱਸਿਆ ਸੀ, ਇਸ ਸੰਬੰਧੀ ਹੁਣ ਬਲਕੌਰ ਸਿੰਘ ਨੇ ਬੀਤੀ ਦਿਨ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਕੱਲ੍ਹ ਤੱਕ ਲਾਰੈਂਸ ਬਿਸ਼ਨੋਈ ਮੀਡੀਆ ਨੂੰ ਇੰਟਰਵਿਊ ਦੇ ਕੇ ਪੰਜਾਬੀ ਗਾਇਕ ਨੂੰ ਮਾਰਨ ਦੀ ਜ਼ਿੰਮੇਵਾਰੀ ਚੁੱਕ ਰਿਹਾ ਸੀ ਤੇ ਹੁਣ ਕਤਲ ਨਾਲ ਕੋਈ ਸੰਬੰਧ ਨਾ ਹੋਣ ਦੀ ਗੱਲ ਆ ਕੇ ਸੱਚਾਈ ਤੋਂ ਜਿਹੜਾ ਭੱਜਦਾ ਨਜ਼ਰ ਆ ਰਿਹਾ। ਉੱਥੇ ਦੱਸਦੇ ਬਲਕੌਰ ਸਿੰਘ ਨੇ ਗੰਭੀਰ ਦੋਸ਼ ਲਗਾਉਂਦੇ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈ ਕੇ ਇਹਨਾਂ ਗੈਂਗਸਟਰਾਂ ਨੇ ਆਪਣੇ ਫਿਰੋਤਿਆਂ ਦੇ ਘੇਰਾ ਤੇ ਕੀਮਤਾਂ ਨੂੰ ਵਧਾ ਲਿਆ ਤੇ ਦੁਨੀਆ ਭਰ ਦੇ ਵਿੱਚ ਮਸ਼ਹੂਰੀਆਂ ਵੀ ਖੱਟੀਆਂ ਨੇ ਤੇ ਹੁਣ ਜਦੋਂ ਪੰਜਾਬ ਦੇ ਵਪਾਰੀਆਂ ਡਰਾ ਖੌਫ ਪੈਦਾ ਕਰ ਕੇ ਉਹਨਾਂ ਦੇ ਵਿੱਚ ਉਹਨਾਂ ਤੋਂ ਫਿਰੋਤੀਆਂ ਦੀ ਜਿਹੜੀ ਲਗਾਤਾਰ ਹੁਣ ਮੰਗ ਕਰ ਰਹੇ ਨੇ। ਤੇ ਅਗਲੀ ਜਿਹੜੀ ਡੇਟ ਹੈ ਉਹ 5 ਜਨਵਰੀ ਤੇ ਹੈ। ਚਾਰਜ ਫਰੇਮ ਹੋਣ ਦੀ ਸਾਨੂੰ ਇੱਥੇ ਉਮੀਦ ਸੀਗੀ, ਪਰੰਤੂ ਫਿਰ ਐਪਲੀਕੇਸ਼ਨ ਵਗੈਰਾ ਕੁਛ ਹੋਰ ਲੱਗੀਆਂ ਨੇ ਤਾਂ ਉਹਨਾਂ ਦੇ ਜਵਾਬ ਤੋਂ ਬਾਅਦ ਵੀ ਅਗਲੀ ਡੇਟ ਦੇ ਉੱਤੇ ਸੰਭਾਵਨਾ ਹੈਗੀ। ਕੀ ਕਹੋਗੇ, ਹਰ ਵਾਰ ਨਿਰਾਸ਼ ਹੋ ਕੇ ਮੁੜਨਾ ਪੈਂਦਾ, ਹਰ ਵਾਰ ਤਰੀਕ ਦੀ ਤਰੀਕ ਪੈ ਰਹੀ ਹੈ ਜੀ। ਫਿਰ ਬੇਟਾ ਅਦਾਲਤ ਦਾ ਆਪਣਾ ਪ੍ਰੋਸੈਸ ਹੈ ਨਾ, ਜਿੱਦਾਂ ਕਿਸੇ ਨੂੰ ਰਾਈਟ ਹੈ ਉਹ ਉੱਥੇ ਓਬਜੈਕਸ਼ਨ ਲਾ ਸਕਦੇ ਆ। ਜਿਹੜੇ ਆਪਾਂ ਚਾਰਜ ਫਰੇਮ ਕਰਨੇ ਆ ਤਾਂ ਉਹ ਆਪਦੇ ਕਾਨੂੰਨੀ ਦਾਇਰੇ 'ਚ ਰਹਿੰਦੇ ਹੋਏ ਨਾ ਕੋਈ ਨਾ ਕੋਈ ਐਪਲੀਕੇਸ਼ਨ ਲਾਉਂਦੇ ਆ ਤਾਂ ਫਿਰ ਅਦਾਲਤ ਨੂੰ ਵੀ ਉਹਦੀ ਸੁਣਵਾਈ ਕਰਨੀ ਪੈਂਦੀ ਹੈ। ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ, ਇਸ ਪੱਖ 'ਤੇ ਹਲੇ ਕਦੇ ਨਾ ਪਰਿਵਾਰ 'ਚ ਬਹਿ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਔਰ ਨਾ ਹੀ ਮੈਂ ਹਲੇ ਤੱਕ ਕੋਈ ਇੱਦਾਂ ਦੀ ਖਬਰ ਸੁਣੀ ਹੈ। ਅਤੇ ਹਲੇ ਟਾਈਮ ਪਿਆ ਹੈ ਨਾ, ਜਦੋਂ ਕੋਈ ਸਮਾਂ ਆਊਗਾ ਵੇਖਾਂਗੇ ਉਦੋਂ ਜਿਹੋ ਜਿਹਾ ਕੋਈ ਮਾਹੌਲ ਹੋਊ। ਕਹਿਣਾ ਮੇਰਾ ਸਾਡਾ ਤਾਂ ਮਤਲਬ ਮੈਂ ਤਾਂ ਜਦੋਂ ਵੀ ਕੋਈ ਇੱਦਾਂ ਦੀ ਘਟਨਾ ਹੁੰਦੀ ਹੈ, ਜੇਲ੍ਹ 'ਚ ਹੁੰਦੀ ਹੈ ਜਾਂ ਕੋਈ ਬਾਹਰ ਵੀ ਹੁੰਦੀ ਹੈ ਤਾਂ ਬਖੂਬੀ ਮੈਂ ਤਾਂ ਟਵੀਟ ਕਰਕੇ ਵੀ ਆਪਦੀ ਪ੍ਰਤੀਕਿਰਿਆ ਤੁਹਾਡੇ ਸਾਹਮਣੇ ਰੱਖ ਹੀ ਦਿੰਦਾ। ਪਰੰਤੂ ਇਹ ਕਹਿਣਾ ਵੀ ਜੇਲ੍ਹਾਂ ਦੇ ਵਿੱਚ ਕੁਛ ਨਹੀਂ ਹੋ ਰਿਹਾ, ਬਿਲਕੁਲ ਜੋ ਜੇਲ੍ਹਾਂ ਦਾ ਪ੍ਰਸ਼ਾਸਨ ਦਾ ਜੋ ਪ੍ਰਬੰਧ ਹੈ ਸਾਰਾ ਦੋਸ਼ੀਆਂ ਦੇ ਹੱਥਾਂ ਦੇ ਵਿੱਚ ਹੈ। ਜੇ ਤੁਹਾਨੂੰ ਤੁਸੀਂ ਵੇਖੀ ਹੋਵੇ ਤਾਂ ਮੇਰਾ ਖਿਆਲ ਲਾਰੈਂਸ ਦੀ ਇੱਕ ਫੋਟੋ ਵਾਇਰਲ ਹੋਈ ਹੈ ਪਿੱਛੇ ਜੇ ਬੈੱਡ ਦੇ ਉੱਤੇ ਪਿਆ। ਮੇਰਾ ਖਿਆਲ ਨਾ ਕੋਈ ਆਪਾਂ ਘਰੇ ਵਧੀਆ ਮਹਿਮਾਨ ਨੂੰ ਨਹੀਂ ਇਸ ਤਰ੍ਹਾਂ ਦਾ ਪ੍ਰਬੰਧ ਕਰਕੇ ਦਿੰਦੇ, ਜਿਸਨੇ 3 ਫੋਨ ਉਹਦੀ ਰਿਹਾਈ ਦੇ ਉੱਤੇ ਪਏ ਨੇ, ਜੇਲ੍ਹ ਦੇ ਕਮਰੇ ਦੀ ਖਿੜਕੀ ਨਾਲ ਦਿਖਾਈ ਹੋਈ ਯਾਰ। ਉਹ ਤਾਂ ਇਹ ਚੀਜ਼ ਨੂੰ ਦਿਖਾ ਰਹੇ ਨੇ ਲੋਕਾਂ ਨੂੰ, ਇੱਕ ਹਾਈਪ ਕ੍ਰੀਏਟ ਕਰਨ ਦੇ ਬਾਰੇ। ਅਸੀਂ ਇਸ ਤਰ੍ਹਾਂ ਜਿੱਦਾਂ ਤੁਸੀਂ ਇੱਕ ਕੈਪਸ਼ਨ ਹੋਰ ਵੀ ਦੇਖੀ ਸੀ ਫਰੀਦਕੋਟ ਦੀ, ਉਹ 'ਚ ਪਈ ਸੀਗੀ ਜਿਹੜੇ ਲਿਖਿਆ ਸੀ ਸਰਕਾਰ ਦੇ ਜਵਾਈ, ਤਾਂ ਉਹ ਗੱਲ ਉਹ ਫੋਟੋ ਨੂੰ ਵੇਖ ਕੇ ਚੀਜ਼ ਉਹ ਸਿੱਧ ਵੀ ਹੁੰਦੀ ਹੈ ਵੀ ਵਾਕਈ ਸਹੀ ਕਹਿ ਰਹੇ ਨੇ ਉਹਨਾਂ ਕੋਲ ਇੰਨੀ ਫੈਸਿਲਿਟੀਜ਼ ਹੈਗੀ ਹੈ।